ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਿੱਪਰ ਵਿਚਕਾਰ ਹੋਈ ਜ਼ੋਰਦਾਰ ਟੱਕਰ। ਸਵਾਰੀਆਂ 'ਚ ਪੈ ਗਿਆ ਚੀਕ ਚਿਹਾੜਾ। ਬੱਸ ਦਾ ਡਰਾਈਵਰ ਹੋਇਆ ਗੰਭੀਰ ਜ਼ਖਮੀ। ਬੱਸ ਦਾ ਮੁਰਲਾ ਹਿੱਸਾ ਹੋਇਆ ਚਕਨਾਚੂਰ। ਸਵਾਰੀਆਂ ਬਚੀਆਂ ਵਾਲ ਵਾਲ। ਟਿੱਪਰ ਬੱਸ ਨੂੰ ਕਰ ਰਿਹਾ ਸੀ ਓਵਰਟੇਕ। ਸੜਕ ਵਿਚਕਾਰ ਉਸ ਸਮੇਂ ਚੀਕ ਚਿਹਾੜਾ ਮੱਚ ਗਿਆ ਜਦੋਂ ਸਵਾਰੀਆਂ ਦੇ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਜ਼ੋਰਦਾਰ ਆ ਕੇ ਟਿੱਪਰ ਵੱਜਿਆ ਤਾਂ ਉਸ ਤੋਂ ਬਾਅਦ ਬੱਸ ਦਾ ਮੁਰਲਾ ਹਿੱਸਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ। ਸਵਾਰੀਆਂ ਦੇ ਵਿੱਚ ਚੀਕ ਚਿਹਾੜਾ ਮੱਚ ਜਾਂਦਾ ਹੈ, ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹਾਲਾਂਕਿ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਤੇ ਨਹੀਂ ਹੋਇਆ, ਪਰ ਡਰਾਈਵਰ ਜਿਹੜਾ ਕਿ ਗੰਭੀਰ ਜ਼ਖਮੀ ਜ਼ਰੂਰ ਹੋਇਆ, ਜਿਸ ਨੂੰ ਰਾਹਗੀਰਾਂ ਦੀ ਮਦਦ ਦੇ ਨਾਲ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ 2 ਤੋਂ 3 ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਡਰਾਈਵਰ ਵਾਲੀ ਸਾਈਡ ਵਾਲਾ ਹਿੱਸਾ ਬੁਰੀ ਤਰ੍ਹਾਂ ਦੇ ਨੁਕਸਾਨਿਆ ਗਿਆ ਤਾਂ ਡਰਾਈਵਰ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਸਮਾਣਾ ਪਟਿਆਲਾ ਰੋਡ ਤੇ ਪਿੰਡ ਫਤਿਹਪੁਰ ਨੇੜੇ ਇਹ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਿੱਪਰ ਵਿਚਕਾਰ ਜ਼ੋਰਦਾਰ ਟੱਕਰ ਹੁੰਦੀ ਹੈ। ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਰੋਡਵੇਜ਼ ਦੀ ਬੱਸ ਜਿਹੜੀ ਕਿ ਚੰਡੀਗੜ੍ਹ ਤੋਂ ਹਿਸਾਰ ਵੱਲ ਜਾ ਰਹੀ ਸੀ ਤਾਂ ਫਤਿਹਪੁਰ ਦੇ ਨੇੜੇ ਹੀ ਟਿੱਪਰ ਆਉਂਦਾ ਹੈ। ਤੇਜ਼ ਰਫਤਾਰ ਦੇ ਵਿੱਚ ਜਿਹੜਾ ਕਿ ਟਿੱਪਰ ਬੱਸ ਨੂੰ ਓਵਰਟੇਕ ਕਰ ਰਿਹਾ ਹੁੰਦਾ ਤਾਂ ਦੂਜੀ ਸਾਈਡ ਬੱਸ ਦੇ ਇੱਕ ਸਾਈਕਲ ਸਵਾਰ ਵੀ ਹੁੰਦਾ ਜਿਸ ਨੂੰ ਕਿ ਬੱਸ ਦਾ ਡਰਾਈਵਰ ਬਚਾਉਣ ਦੇ ਚੱਕਰ ਦੇ ਵਿੱਚ ਤਾਂ ਟਿੱਪਰ ਆ ਕੇ ਬੱਸ ਦੇ ਵਿੱਚ ਵੱਜਦਾ ਹੈ ਅਤੇ ਸਾਈਕਲ ਹੈ ਜਿਹੜਾ ਕਿ ਭਾਵੇਂ ਸਾਈਕਲ ਸਵਾਰ ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਬਚ ਜਾਂਦਾ ਹੈ ਉਸਦੀ ਜਾਨ, ਪਰ ਉਸਦਾ ਸਾਈਕਲ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਜਾਂਦਾ ਹੈ ਅਤੇ ਬੱਸ ਦਾ ਮੁਰਲਾ ਹਿੱਸਾ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ। ਤਾਂ ਸਾਈਕਲ ਸਵਾਰ ਅਤੇ ਬੱਸ ਦੇ ਵਿੱਚ ਸਵਾਰ ਸਵਾਰੀਆਂ ਦੀ ਜਾਨ ਹੈ ਜਿਹੜੀ ਕਿ ਉਹ ਵਾਲ ਵਾਲ ਬਚ ਜਾਂਦੀ ਹੈ ਅਤੇ ਸੜਕ ਵਿਚਕਾਰ ਹੀ ਇਹ ਚੀਕ ਚਿਹਾੜਾ ਮੱਚ ਜਾਂਦਾ ਹੈ। ਤਾਂ ਤੁਸੀਂ ਵੀ ਸੁਣੋ ਬੱਸ ਦੇ ਵਿੱਚ ਸਵਾਰ ਸਵਾਰੀਆਂ ਦਾ ਅਤੇ ਹੋਰਨਾਂ ਰਾਹਗੀਰਾਂ ਦਾ ਕੀ ਕੁਝ ਕਹਿਣਾ ਹੈ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਕਰਮਜੀਤ। ਅੱਛਾ ਕਰਮਜੀਤ ਜੀ, ਤੁਸੀਂ ਬੱਸ ਦੇ ਵਿੱਚ ਸੀਗੇ ਤੇ ਜਦੋਂ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ? ਮੈਂ ਆਰਾਮ ਨਾਲ ਬੈਠੀ ਸੀ ਤੇ ਇੱਕਦਮ ਉਹ ਸਾਈਕਲ ਤੋਂ ਬਚਾ ਰਹੇ ਸੀਗੇ ਬੱਸ ਡਰਾਈਵਰ, ਤੇ ਆਹ ਟਿੱਪਰ ਆਇਆ ਇੱਕਦਮ, ਤੇ ਉਹ ਇੱਕਦਮ ਇੰਨੀ ਸਪੀਡ ਨਾਲ ਸੀਗਾ ਸਿੱਧਾ ਜਾ ਕੇ ਬੱਸ ਦੇ ਵਿੱਚ ਵੱਜਿਆ। ਠੀਕ ਹੈ। ਤੇ ਬੱਸ ਡਰਾਈਵਰ ਨੇ ਬਚਾਉਣ ਦੇ ਚੱਕਰ 'ਚ ਮਤਲਬ ਥੋੜ੍ਹੀ ਟੇਢੀ ਕਰਤੀ, ਪਰ ਸਾਈਕਲ ਉਹ ਤਾਂ ਬਚ ਗਿਆ, ਪਰ ਡਰਾਈਵਰ ਦੇ ਕਾਫੀ ਜ਼ਿਆਦਾ ਮਤਲਬ ਸੱਟ ਲੱਗੀ। ਤੇ ਬੱਸ 'ਚ ਹੋਰ ਵੀ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ? ਨਹੀਂ, ਸਵਾਰੀਆਂ ਤਾਂ ਬਚਤ ਰਹਿ ਗਈ ਇਹਨਾਂ ਨੇ ਵੀ, ਕਿਉਂਕਿ ਮੂਹਰੇ ਫਰੰਟ ਵਾਲਾ ਹੀ ਹਿੱਸਾ ਟੁੱਟਿਆ ਸੀ ਜਿੱਥੇ ਡਰਾਈਵਰ ਬੈਠਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਸਮਾਣਾ ਤੋਂ ਪੱਤਰਕਾਰ ਸੁਖਜਿੰਦਰ ਸਿੰਘ ਦੀ ਖਾਸ ਰਿਪੋਰਟ।